दोस्तों इस प्रोग्राम दे विच विदेशां दे विच वसदे एनआरआई भरावां तों उन्हां दे उत्थों दी जिंदगी बारे, उन्हां दे तजर्बियां बारे ते उत्थों दीआं सरकारां बारे आपां इस प्रोग्राम दे थ्रू गल्लां बातां करिआ करांगे, क्योंकि जिंदगी दे विच असल सच्चाई की है ते सानूं की दिखाया जांदा उहदे बारे तुहानूं जिहड़ा तत्थां सहित ते उहनां दी हड बीती जग बीती दीआं गल्लां करांगे। अज जिहड़ा कैनेडा दी जिहड़ी कैनेडा दी राजधानी ओटावा ਉਹਦੀ ਪਾਰਲੀਮੈਂਟ ਦੇ ਬਿਲਕੁਲ ਸਾਹਮਣੇ ਖੜੇ ਨੇ ਐਡਵੋਕੇਟ ਅਵਤਾਰ ਸਿੰਘ ਸਮਾਗ। ਸਵਾਗਤ ਅਵਤਾਰ ਜੀ, ਅਟਾਵਾ ਦੀ ਧਰਤੀ ਤੋਂ। ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਜੀ, ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਘਰਾਂ ਦੇ ਵਿੱਚ। ਜਿਵੇਂ ਲੋਕਡਾਊਨ ਨੂੰ ਚੱਲਦਿਆਂ ਪੂਰੀ ਦੁਨੀਆ ਦੇ ਵਿੱਚ ਲੋਕ ਘਰਾਂ 'ਚ ਬੈਠੇ ਨੇ, ਕਿਉਂਕਿ ਕੰਮ ਕਾਰ ਸਾਰੇ ਠੱਪ ਹੋ ਚੁੱਕੇ ਨੇ, ਕਿਉਂਕਿ ਜਿਹੜਾ 2020 ਆ ਕੋਟਲੀ ਸਾਹਿਬ, ਇਹ ਬਿਜ਼ਨਸ ਲਈ ਨਹੀਂ ਆ, ਵਾਧੇ ਘਾਟਿਆਂ ਲਈ ਨਹੀਂ ਆ, ਇਹ 2020 ਜਾਨ ਬਚਾਉਣ ਲਈ ਆ, ਕਿਉਂਕਿ ਜਾਨ ਹੈ ਜਹਾਨ ਹੈ। ਜੇ ਅਸੀਂ ਜਿਉਂਦੇ ਰਹਾਂਗੇ ਸਾਲ ਦੇ ਵਿੱਚ ਅਸੀਂ ਕੰਮ ਕਰ ਸਕਾਂਗੇ। ਮੈਂ ਦੇਖਿਆ ਕਿ ਤੁਹਾਡਾ ਲੋਕਡਾਊਨ 'ਚ ਬੜੀਆਂ ਧੱਜੀਆਂ ਉੱਡੀਆਂ ਨੇ, ਕੀ ਕਹੋਗੇ ਇਸ ਬਾਰੇ? ਤਾਹਰ ਜੀ, ਜਿਹੜਾ ਇੰਡੀਆ ਦਾ ਲੋਕਡਾਊਨ ਆ, ਜਿਵੇਂ ਜਿਵੇਂ ਕੇਸ ਵੀ ਲਗਭਗ ਵੱਧ ਰਹੇ ਆ, ਲਗਭਗ 1.25 ਲੱਖ ਤੋਂ ਉੱਪਰ ਕੇਸ ਚਲਾ ਗਿਆ, ਪੰਜਾਬ ਦੇ ਲੋਕ ਹਜੇ ਇਹਨੂੰ ਬੜਾ ਸੀਰੀਅਸ ਨਹੀਂ ਲੈ ਰਹੇ। ਤੁਸੀਂ ਕੀ ਦੱਸੋਗੇ, ਤੁਹਾਨੂੰ ਕੈਨੇਡਾ ਰਹਿੰਦੇ ਹੋ, ਹਰ ਇੱਕ ਬੰਦੇ ਦੇ ਮਨ ਦੇ ਵਿੱਚ ਇੱਕ ਸਵਾਲ ਹੈ ਵੀ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਪੰਜਾਬੀ ਸਟੂਡੈਂਟ ਹੈ ਉਹਨਾਂ ਦੇ ਜਾਂ ਤਾਂ ਵੀਜ਼ੇ ਆ ਚੁੱਕੇ ਸੀਗੇ, ਕਈਆਂ ਨੇ ਫਾਈਲਾਂ ਅਪਲਾਈ ਕੀਤੀਆਂ ਸੀ, ਤੇ ਕਈ ਵਿਚਾਰੇ ਜਿਹੜੇ +2 ਤੋਂ ਬਾਅਦ ਜਿਹੜਾ ਹੈਗਾ ਆਈਲੈਟਸ ਦਾ ਪੇਪਰ ਦੇਣ ਦੀ ਤਿਆਰੀ ਕਰ ਰਹੇ ਸੀਗੇ, ਤੇ ਉਹਨਾਂ ਨੂੰ ਐਂ ਸੀਗਾ ਵੀ ਇਸ ਵਾਰ ਜਿਹੜਾ ਅਸੀਂ 2020 ਦੇ ਵਿੱਚ ਕੈਨੇਡਾ ਦੀ ਧਰਤੀ ਤੇ ਪਹੁੰਚ ਜਾਗੇ। ਕਿੰਨਾ ਕੁ ਔਖਾ ਕੈਨੇਡਾ ਪਹੁੰਚਣਾ 2020 ਦੇ ਵਿੱਚ ਤੁਹਾਡੇ ਅਨੁਸਾਰ? ਤੁਸੀਂ ਇੱਥੇ ਰਹਿੰਦੇ ਹੋ, ਅਟਾਵਾ ਦੇ ਵਿੱਚ ਰਹਿੰਦੇ ਹੋ, ਕੈਨੇਡਾ ਦੇ ਜਿਹੜਾ ਹੈਗਾ ਓਨਟਾਰੀਓ ਸਟੇਟ ਦੇ ਵਿੱਚ, ਕਿੰਨਾ ਕੰਮ ਮਿਲ ਰਿਹਾ, ਕਿੰਨੇ % ਕੰਮ ਖੁੱਲਿਆ, ਤੇ ਕਦੋਂ ਤੱਕ ਕੈਨੇਡਾ ਓਪਨ ਹੋਊਗਾ ਤੁਹਾਡੇ ਅਕੋਰਡਿੰਗ? ਦੇਖੋ ਜੀ, ਤੁਸੀਂ ਪਹਿਲਾਂ ਲੋਕਡਾਊਨ ਦੀ ਗੱਲ ਕੀਤੀ ਹੈ, ਹਜੇ 100% ਇੱਥੇ ਲੋਕਡਾਊਨ ਆ ਜਿਹੜਾ ਉਹ ਨਹੀਂ ਖੁੱਲ ਦਿੱਤਾ, ਸਿਰਫ ਇੱਥੇ ਕੁਝ ਕੁ ਜਿਹੜੇ ਬਿਜ਼ਨਸ ਨੇ ਉਹਨਾਂ ਨੂੰ ਓਪਨ ਕੀਤਾ ਗਿਆ, ਤੇ ਹਜੇ 100% ਲੋਕਡਾਊਨ ਹਜੇ ਸਟਿਲ ਹੈਗਾ। ਹਜੇ ਟੂਡੋ ਸਾਹਿਬ ਨੇ ਕੋਈ ਏਦਾਂ ਦਾ ਨਹੀਂ ਕਿਹਾ ਕਿ ਲੋਕਡਾਊਨ ਖੋਲ੍ਹ ਦਿੱਤਾ ਜਾਊਗਾ, ਪਰ ਜਿਹੜੇ ਸਕੂਲ ਨੇ ਉਹ ਸਤੰਬਰ ਦੇ ਤੱਕ ਬੰਦ ਵੀ ਕੀਤੇ ਗਏ ਨੇ, ਕਾਲਜ ਵੀ ਬੰਦ ਆ ਹਜੇ ਤੱਕ ਸਤੰਬਰ ਦੇ ਤੱਕ, ਯਾਨੀ ਕਿ ਲੋਕਡਾਊਨ ਹੈਗਾ। ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਪੰਜਾਬੀ ਸਟੂਡੈਂਟ ਨੇ ਫਸੇ ਹੋਏ ਨੇ ਇੱਥੇ, ਉਹਨਾਂ ਦੇ ਵੀਜ਼ੇ ਲੱਗ ਚੁੱਕੇ ਨੇ, ਉਹ ਆਉਣਾ ਚਾਹੁੰਦੇ ਨੇ ਇੱਥੇ ਹੌਲੀ ਹੌਲੀ ਕਰਕੇ। ਤੁਸੀਂ ਦੇਖਿਆ ਕਿ ਨਿਊਜ਼ ਦੇਖਦੇ ਆਪਾਂ, ਫਲਾਈਟਾਂ ਖੋਲ੍ਹ ਰਹੇ ਨੇ, ਯਾਨੀ ਕਿ ਕੁਝ ਕੁਝ ਲੋਕਾਂ ਨੂੰ ਲਿਆ ਰਹੇ ਨੇ ਇੱਧਰ, ਜੋ ਇਹਨਾਂ ਦੇ ਪਰਮਾਨੈਂਟ ਰੈਜੀਡੈਂਸ ਲੋਕ ਨੇ ਇੱਧਰ ਫਸੇ ਹੋਏ ਨੇ, ਉਹਨਾਂ ਨੂੰ ਵੀ ਕੱਢ ਰਹੇ ਨੇ ਹੌਲੀ ਹੌਲੀ। ਯਾਨੀ ਕਿ ਜਿਹੜਾ ਕੰਮ ਇੱਕ ਵਾਰੀ ਨਹੀਂ ਹੋਊਗਾ ਕਿ ਸਾਰੇ ਜਹਾਜ਼ ਜਿਵੇਂ ਕਿ ਪਹਿਲਾਂ ਵਾਂਗੂ ਪਲੇਨ, ਓਦਾਂ ਨਹੀਂ ਇਹ ਫਲਾਈਟ ਅਲਾਓ ਕਰਨਗੇ। ਸੋ ਹੌਲੀ ਹੌਲੀ ਤਰੀਕੇ ਦੇ ਨਾਲ ਦੁਬਾਰਾ ਜਿਹੜੀ ਕਹਿ ਸਕਦੇ ਪਰੜੀ ਤੇ ਆਉਣਗੇ। ਮਤਲਬ ਇਹ ਅਵਤਾਰ ਜੀ ਵੀ ਹਜੇ ਜਿਹੜਾ ਹੈਗਾ 2020 ਦੇ ਵਿੱਚ ਆਪਾਂ ਉਹ ਨਹੀਂ ਕਹਿ ਸਕਦੇ ਜਿਵੇਂ ਅੱਗੇ ਦਿੱਲੀ ਤੋਂ ਜਾਂ ਅੰਮ੍ਰਿਤਸਰ ਤੋਂ ਜਹਾਜ਼ ਭਰ ਕੇ ਕੈਨੇਡਾ ਸਾਡੇ ਮੁੰਡੇ ਕੁੜੀਆਂ ਆਉਂਦੇ ਰਹੇ, ਉਹ ਹਜੇ 2020 ਦੇ ਵਿੱਚ ਆਪਾਂ ਆਸ ਨਾ ਕਰੀਏ ਤਾਂ ਜ਼ਿਆਦਾ ਬਿਹਤਰ ਹੋਊਗਾ, ਹੈਨਾ। ਆ ਮੈਂ ਅੱਜ ਸੁਬਾ ਹੀ ਨਿਊਜ਼ ਪੜ੍ਹ ਕੇ ਹਟਿਆ ਸੀ ਕਿ ਸਾਊਥ ਕੋਰੀਆ ਨੇ ਅਲਾਊਡ ਕਰਤਾ ਕਿ ਅਗਰ ਜੇ ਸਾਡੇ ਮੁਲਕ ਤੋਂ ਕੋਈ ਬਾਹਰ ਜਾ ਰਿਹਾ ਜਾਂ ਸਾਡੇ ਮੁਲਕ ਤੋਂ ਆ ਰਿਹਾ ਤਾਂ ਮਾਸਕ ਉਹਨਾਂ ਨੇ ਕੰਪਲਸਰੀ ਕਰਤੇ ਬੱਸਾਂ ਦੇ ਵਿੱਚ, ਪਲੇਨਾਂ ਦੇ ਵਿੱਚ, ਜੋ ਵੀ ਟਰਾਂਸਪੋਰਟ ਸਿਸਟਮ ਆ ਉੱਥੋਂ ਦਾ ਲੋਕਲ, ਉਹਨਾਂ ਨੇ ਮਾਸਕ ਕੰਪਲਸਰੀ ਕਰਤੇ ਆ, ਉਹਨਾਂ ਨੇ ਸ਼ੁਰੂਆਤ ਕਰਤੀ ਆ ਕਿ ਬਈ ਪਾਉਣਾ ਜਿਹੜਾ ਮਾਸਕ ਆ ਉਹ ਲਾਜ਼ਮੀ ਆ। ਹੌਲੀ ਹੌਲੀ ਇਹ ਸਾਰੀਆਂ ਕੰਟਰੀਆਂ ਦੇ ਵਿੱਚ ਇਹਨੂੰ ਲਾਜ਼ਮੀ ਹੀ ਕਰਨਾ ਪਊਗਾ, ਅਦਰਵਾਈਜ਼ ਜਿਹੜਾ ਇਹ ਵਾਇਰਸ ਆ ਇਹ ਨਹੀਂ ਤਾਂ ਬਹੁਤ ਜ਼ਿਆਦਾ ਫੈਲ ਸਕਦਾ, ਕਿਉਂਕਿ ਆਪਣੇ ਪੰਜਾਬ ਦੇ ਲੋਕ ਦੇਖਿਆ ਕਿ ਇਹਨੂੰ ਹਾਸਿਆਂ 'ਚ ਲੈ ਰਹੇ ਨੇ, ਮਜ਼ਾਕ 'ਚ ਲੈ ਰਹੇ ਨੇ, ਜੋ ਕਿ ਬਹੁਤ ਮਾੜੀ ਗੱਲ ਆ। ਬਿਲਕੁਲ ਬਿਲਕੁਲ ਅਵਤਾਰ ਜੀ, ਪੰਜਾਬ ਦੇ ਤੋਂ ਨਾਮਵਰ ਗਾਇਕ ਹੈ ਗਿੱਪੀ ਗਰੇਵਾਲ ਤੇ ਆਰਨੇਤ, ਜਦੋਂ ਇਹ ਹਜੇ ਵਾਇਰਸ ਸ਼ੁਰੂ ਹੋਇਆ ਸੀ ਨਾ ਉਦੋਂ ਇਹਨਾਂ ਦੇ ਗਾਣੇ ਵੀ ਆਏ ਸੀ, ਜਿਵੇਂ ਆਰਨੇਤ ਦਾ ਗਾਣਾ ਸੀਗਾ, ਇੱਕ ਗਾਣੇ ਦੇ ਬੋਲ ਸੀਗੇ ਪਤਾ ਨੀ ਆ ਤੇਰੇ ਮੇਰੇ ਪਿਆਰ ਦੀ ਖਬਰ ਫੈਲ ਗਈ ਜਿਵੇਂ ਫੈਲਿਆ ਚਾਈਨਾ ਚ ਕਰੋਨਾ, ਹੈਨਾ। ਤੇ ਇਸ ਤਰ੍ਹਾਂ ਗਿੱਪੀ ਗਰੇਵਾਲ ਤੇ ਜਿਹੜਾ ਬੋਲੀ ਆ ਉਹਦਾ ਸਹਾਇਕ ਕਲਾਕਾਰ ਉਹ ਵੀ ਇਹਦੇ ਵੀਡੀਓ ਬਣਾਉਂਦੇ ਰਹੇ, ਤੇ ਬਾਅਦ ਚ ਜਦੋਂ ਇਹ ਕੰਮ ਸੀਰੀਅਸ ਹੋ ਗਿਆ ਤੇ ਹੁਣ ਉਹੀ ਪਿੱਟੀ ਜਾਂਦੇ ਆ, ਤੇ ਉਸ ਤਰ੍ਹਾਂ ਹੀ ਹੁਣ ਪੰਜਾਬ ਦੇ ਹਾਲਾਤ ਆ। ਜਿਵੇਂ ਤੁਸੀਂ ਪਹਿਲਾਂ ਪੁੱਛਿਆ ਸੀਗਾ ਵੀ ਕਿਵੇਂ ਆ ਪੰਜਾਬ ਦਾ ਲੋਕਡਾਊਨ, ਪੰਜਾਬ ਦਾ ਲੋਕਡਾਊਨ ਲਗਭਗ ਓਪਨ ਹੈ, ਪਿੰਡਾਂ ਦੇ ਵਿੱਚ ਦੁਕਾਨਾਂ ਖੁੱਲ ਰਹੀਆਂ ਲਗਭਗ 9 ਤੋਂ 6 ਵਜੇ ਤੱਕ, ਤੇ ਦਾਰੂ ਵਾਲੇ ਠੇਕੇ 24 ਘੰਟੇ ਸਰਵਿਸ ਵਾਲਾ ਕੰਮ ਹੋਇਆ ਪਿਆ। ਇੱਕ ਮਿੰਟ ਮੈਂ ਇੱਥੇ ਤੁਹਾਨੂੰ ਰੋਕਣਾ ਚਾਹਾਂਗਾ ਕਿ ਕੀ ਨੌਬਤ ਪੈ ਗਈ, ਸਾਡੇ ਗੁਰਦੁਆਰੇ ਬੰਦ ਨੇ, ਸਾਡੀਆਂ ਮੰਦਿਰ ਮਸਜਿਦ ਸਭ ਕੁਝ ਬੰਦ ਆ, ਧਾਰਮਿਕ ਸੰਸਥਾਵਾਂ, ਕੀ ਲੋੜ ਪੈ ਗਈ ਸਾਡੀ ਮੌਜੂਦਾ ਸਰਕਾਰ ਨੂੰ ਠੇਕੇ ਖੋਲਣ ਲਈ? ਅਵਤਾਰ ਜੀ, ਇਹ ਸਾਡੇ ਦੇਸ਼ ਦਾ ਆਪਾਂ ਕਹਿੰਦੇ ਤ੍ਰਾਸਦੀ ਹੈ,
ਇਹਨਾਂ ਦਾ ਬੇਸਿਕਲੀ ਕਾਰਨ ਹੈ ਇਹਨਾਂ ਨੇ ਰੈਵਨਿਊ ਇਕੱਠਾ ਕਰਨਾ, ਜਿਹੜਾ ਸਰਕਾਰ ਕਹਿ ਰਹੀ ਹੈ ਵੀ ਅਸੀਂ ਸਾਡੇ ਟੈਕਸ ਨਹੀਂ ਇਕੱਠਾ ਹੋ ਰਿਹਾ, ਸਾਨੂੰ ਲਗਾਤਾਰ ਜਿਹੜਾ ਹੈਗਾ ਇਹਨਾਂ ਨੂੰ ਆਸ ਆ ਵੀ 6,000 ਕਰੋੜ ਰੁਪਏ ਤੋਂ ਵੱਧ ਜਿਹੜਾ ਇੱਕ ਸਾਲ ਦੇ ਵਿੱਚ ਸਾਨੂੰ ਟੈਕਸ ਇਕੱਠਾ ਹੋਊਗਾ, ਤੇ ਪੰਜਾਬ ਵਾਸੀਆਂ ਵਾਸਤੇ ਨਸ਼ਾ ਖੋਲਿਆ ਗਿਆ। ਦੂਜੀ ਗੱਲ ਇਹ ਹੈ ਸਾਡੀਆਂ ਜਿਹੜੀਆਂ ਸਰਕਾਰਾਂ ਦੀ ਨਲਾਇਕੀ ਜਿਹੜੀ ਅੱਜ ਲੋਕਾਂ ਦੇ ਸਾਹਮਣੇ ਪੇਸ਼ ਹੋ ਰਹੀ ਹੈ, ਕਿਉਂਕਿ ਦੇਸ਼ ਨੂੰ ਆਜ਼ਾਦ ਹੋਏ ਨੂੰ ਇੰਨਾ ਚਿਰ ਹੋ ਗਿਆ, ਪੰਜਾਬ ਸਟੇਟ ਬਣੀ ਨੂੰ ਵੀ ਬਹੁਤ ਟਾਈਮ ਹੋ ਗਿਆ, ਜਿਹੜੀਆਂ ਸਰਕਾਰਾਂ ਨੇ ਇੱਥੇ ਰਾਜ ਕੀਤਾ ਉਹਨਾਂ ਨੇ 2 ਮਹੀਨੇ ਤੱਕ ਦਾ ਇਹਨਾਂ ਨੂੰ ਜਿਹੜਾ ਹੈਗਾ ਰਾਸ਼ਨ ਮੁਹੱਈਆ ਕਰਾਉਣ ਦੇ ਵਿੱਚ ਵੀ ਨਾਕਾਮ ਰਹੀਆਂ, ਆਪਦੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦੇ ਸਕਦੀਆਂ, ਬਾਕੀ ਜਿਹੜੇ ਡਿਵੈਲਪਮੈਂਟ ਦੇ ਕੰਮ ਤਾਂ ਬੰਦ ਹੀ ਨੇ। ਸੋ ਹੁਣ ਜਿਹੜਾ ਹੈਗਾ ਸ਼ਰਾਬ ਦੇ ਥਰੂ ਆਪਦਾ ਜਿਹੜਾ ਹੈਗਾ ਟੈਕਸ ਦੇ ਥਰੂ ਸ਼ਰਾਬ ਦੇ ਉੱਤੇ ਐਕਸਾਈਜ਼ ਡਿਊਟੀ ਲਾ ਕੇ ਆਪਦੇ ਖਜ਼ਾਨੇ ਭਰਨ ਦੀ ਗੱਲ ਕਹੀ ਜਾ ਰਹੀ ਹੈ ਤੇ ਕਰ ਰਹੇ ਆ। ਹੋਮ ਡਿਲੀਵਰੀ ਦੀਆਂ ਗੱਲਾਂ ਹੁੰਦਾ ਕਈ ਸਟੇਟਾਂ ਦੇ ਵਿੱਚ, ਪੰਜਾਬ ਦੇ ਵਿੱਚ ਵੀ ਰੌਲਾ ਪਿਆ ਠੇਕੇਦਾਰਾਂ ਤੇ ਇਹਨਾਂ ਦਾ। ਪਰ ਮੈਂ ਪੰਜਾਬ ਸਰਕਾਰ ਨੂੰ ਇੱਕ ਸੁਜੈਸ਼ਨ ਦੇਣਾ ਚਾਹੁੰਦਾ, ਤੁਹਾਡੇ ਨਾਲ ਹੀ ਦੇਸ਼ ਆ ਮੈਕਸੀਕੋ, ਮੈਕਸੀਕੋ ਦੇ ਵਿੱਚ ਕੀ ਹੈ ਉਹਨਾਂ ਨੇ ਜਿਹੜਾ ਜੰਕ ਫੂਡ ਹੈ ਨਾ, ਕਿਉਂਕਿ ਇੱਥੇ ਇੱਕ ਗੱਲ ਬਣਦੀ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਜਿਹੜੀਆਂ ਡਿਵੈਲਪਡ ਕੰਟਰੀਆਂ ਜਿਵੇਂ ਕੈਨੇਡਾ, ਆਸਟ੍ਰੇਲੀਆ, USA ਹੈ ਨਾ, ਇਸ ਤਰ੍ਹਾਂ ਉੱਥੇ ਲੋਕ ਇਹ ਚੀਜ਼ਾਂ ਤੇ ਬੈਨ ਲਾਉਂਦੇ ਆ। ਕਾਰਨ ਆ ਕਿਉਂਕਿ ਜਦੋਂ ਸ਼ਰਾਬ ਪੀਣਗੇ ਲੋਕ ਤਾਂ ਬਿਮਾਰ ਹੋਣਗੇ, ਬਿਮਾਰ ਹੋਣਗੇ ਤਾਂ ਉਹਨਾਂ ਦੇ ਉੱਤੇ ਜਿਹੜਾ ਹਸਪਤਾਲਾਂ ਦੇ ਵਿੱਚ ਲੋਕ ਜ਼ਿਆਦਾ ਆਉਣਗੇ, ਪਬਲਿਕ ਹੈਲਥ ਦੇ ਉੱਤੇ ਜ਼ਿਆਦਾ ਸਰਕਾਰ ਨੂੰ ਪੈਸੇ ਖਰਚ ਕਰਨੇ ਪੈਣਗੇ। ਪਰ ਪੰਜਾਬ ਦੇ ਵਿੱਚ ਹਾਲਾਤ ਏਦਾਂ ਵੀ ਜਿਹੜੇ ਸਾਡੇ ਸਰਕਾਰੀ ਹਸਪਤਾਲ ਆ ਉਹ ਤਾਂ ਇੱਕ ਤਰ੍ਹਾਂ ਦਾ ਚਿੱਟੇ ਹਾਥੀ ਹੋ ਚੁੱਕੇ ਆ, ਪ੍ਰਾਈਵੇਟ ਦੇ ਵਿੱਚ ਲਗਭਗ 80% ਲੋਕ ਇਲਾਜ ਕਰਾਉਂਦੇ ਆ, ਤਾਂ ਕਿ ਸਰਕਾਰ ਨੂੰ ਲੋਕਾਂ ਦੀ ਹੈਲਥ ਦੇ ਉੱਤੇ ਜ਼ਿਆਦਾ ਪੈਸਾ ਨਹੀਂ ਖਰਚਣਾ ਪੈਂਦਾ। ਇੱਕ ਤਾਂ ਉਹ ਵੀ ਗੱਲ ਆ, ਜੇ ਸਰਕਾਰ ਇਹਨੂੰ ਚੀਜ਼ ਨੂੰ ਕੰਸੀਡਰ ਕਰਦੀ ਵੀ ਆਪਣੇ ਜੇ ਲੋਕ ਬਿਮਾਰ ਹੋਣਗੇ ਸ਼ਰਾਬ ਪੀਣਗੇ ਤਾਂ ਸਾਨੂੰ ਉਹਨਾਂ ਦੀ ਸਿਹਤ ਵਾਸਤੇ ਪੈਸੇ ਲਾਉਣੇ ਪੈਣਗੇ, ਉਹਨਾਂ ਦੇ ਉੱਤੇ ਇਹਨਾਂ ਨੇ ਧਿਆਨ ਨਹੀਂ ਦਿੱਤਾ। ਹੁਣ ਇਹ ਬੜੇ ਤਰੀਕੇ ਨਾਲ ਪੈਸਾ ਇਕੱਠਾ ਹੋ ਸਕਦਾ ਸੀ, ਜਿਵੇਂ ਜੇ ਜੰਕ ਫੂਡ ਆ, ਜਿਵੇਂ ਲੋਕ ਬਰਗਰ ਪੀਜ਼ੇ ਖਾਂਦੇ ਆ, ਡੋਮੀਨੋਜ਼ ਦੀ ਹੋਮ ਡਿਲੀਵਰੀ ਹੋ ਰਹੀ ਆ ਪੰਜਾਬ ਦੇ ਵਿੱਚ ਵੀ, ਜੇ ਕਿਉਂਕਿ ਜੰਕ ਫੂਡ ਖਾਣ ਨਾਲ ਸਾਡਾ ਜਿਹੜਾ ਹੈਗਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ, ਲੋਕ ਫੈਟੀ ਹੋ ਜਾਂਦੇ ਆ, ਫੈਟ ਨਾਲ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ। ਜੇ ਇਹ ਇਹੋ ਜਿਹੇ ਚੀਜ਼ਾਂ ਦੇ ਉੱਤੇ ਟੈਕਸ ਵਧਾ ਕੇ ਪੈਸਾ ਇਕੱਠਾ ਕੀਤਾ ਜਾ ਸਕਦਾ ਸੀਗਾ, ਬਰਗਰ ਪੀਜ਼ੇ ਜਿਹੜੀਆਂ ਵੀ ਸਿਹਤ ਵਾਸਤੇ ਚੰਗੀਆਂ ਨਹੀਂ ਪਰ ਲੋਕ ਖਾਣਾ ਪਸੰਦ ਕਰਦੇ, ਇਹੋ ਜਿਹੀ ਚੀਜ਼ ਦਾ ਟੈਕਸ ਵਧਾਇਆ ਜਾ ਸਕਦਾ ਸੀ। ਪਰ ਸਰਕਾਰ ਨੂੰ ਪਤਾ ਵੀ ਜਿਹੜਾ ਹੈਗਾ ਸ਼ਰਾਬੀ ਹੋਣਗੇ ਤੇ ਨਾ ਤਾਂ ਕੋਈ ਹੱਕ ਮੰਗਣਗੇ, ਘਰਾਂ ਦੇ ਵਿੱਚ ਡੋਮੈਸਟਿਕ ਵਾਇਲੈਂਸ ਆ ਜਿਹੜੀ ਘਰੇਲੂ ਲਗਾਤਾਰ ਵਧਾ ਹੋ ਰਿਹਾ।